कैबिनेट मंत्री अरुणा चौधरी ने ब्लाक दुरंगला दे दो पुलों का रखिया नींह पत्थर। दोनों पुल 2 करोड़ रुपए की लागत नाल बन के होंगे तैयार। विधानसभा हलका दीनानगर दे ब्लाक दुरंगला दे पेंदे पिंडा दबुरजी अते जोगर दे पुलों का नींह पत्थर रखा गया, जिस नाल हलके दे लोकां दी लंबे समय तो चली आ रही मंग अज पूरी हुंदी नजर आ रही है। पत्रकारां नाल गलबात करदिआं कैबिनेट मंत्री अरुणा चौधरी अते सीनियर नेता अशोक चौधरी ने दस्या कि पिंड दबुरजी अते जोगर दे नाल लगदे पिंडां दे लोकां दी काफी लंबे समय तो मंग सी कि ए पुल बनने चाहिदे हन। लोकां दीआं मुश्किलां नूं देखदे होए अज इन्हां दोनां पुलां दे नींह पत्थर रख दित्ते गए हन। उन्हां कहा कि दबुरजी पुल ते 95 लाख अते जोगर पुल ते 1.5 करोड़ रुपए की लागत आवेगी। उन्हां दस्या कि ए पुल बनन नाल हुण बरसात दे दिनां च हलके दे लोकां नूं आउण वालीआं मुश्किलां हल हो जाणगीआं। मैडम अरुणा चौधरी जिंदाबाद, कांग्रेस पार्टी जिंदाबाद, ओम शोक जी जिंदाबाद। आए दे ने ਉਹ ਸਿਰ ਤੋੜ ਜੋੜ ਕਰਕੇ ਬਹੁਤ ਜਲਦੀ ਤੋਂ ਜਲਦੀ ਜਿਹੜਾ ਛੋਟੀ ਜਿਹੀ ਗੁਜ਼ਾਰਿਸ਼ ਆ ਸਾਡੇ ਹਲਕੇ ਨਾਲ ਇੱਕ ਅਦਾ ਆਪਣੀ ਆਸ ਨੂੰ ਤਾਂ ਮੁਰਾਦ ਪੂਰੀ ਹੁੰਦੀ ਆ ਤੇ ਨੈਚੁਰਲੀ ਬੰਦੇ ਨੂੰ ਸੈਟੀਸਫੈਕਸ਼ਨ ਹੁੰਦੀ ਆ, ਤਸੱਲੀ ਵੀ ਹੁੰਦੀ ਆ ਤੇ ਖੁਸ਼ੀ ਵੀ ਹੁੰਦੀ ਆ। ਜਦ ਵੀ ਮੈਂ ਇਸ ਪਿੰਡ ਆਉਂਦਾ ਸੀ ਤੇ ਪਿੰਡ ਦੀ ਮੋਟੀ ਡਿਮਾਂਡ ਇਹੀ ਰਹਿੰਦੀ ਸੀ ਵੀ ਸਾਨੂੰ ਪੁਲ ਪਾ ਦਿਓ। ਬਿਲਕੁਲ ਇਹਨਾਂ ਨੇ ਠੀਕ ਗੱਲ ਕਹੀ ਆ ਅਮਰ ਸਿੰਘ ਜੀ ਨੇ, 200 किला जे इधर है 300 किला उधर है, अद्धे नो ज्यादा जिहड़ी जमीन है इस पिंड दी वह नॉमनी तो पार सी और नॉमनी पानी ते सदा बहार चलता इहदे च, पर बरसातां दे दिनां दे विच बहुत ज्यादा नुकसान करदी है, ज्यादा पानी आ जांदा, ये एरिया दूसरे एरिया नालों कट ऑफ हो जांदा। एक उद्यम कीता, कोशिश कीती कि जिथे जिथे भी पिंड नूं तकलीफ हैगी है वो दूर की जाए। मैं याद है जदों पहली बार 2002 च अरुणा चौधरी जीती है, मराले पिंड दे विच दो पार्टियां बन गई, एक पार्टी जोर लावे, विनोद खन्ना उस वेले मैंबर पार्लीमेंट सी, विनोद खन्ने तो 10 लाख रुपया मंजूर कराता काजवे बनाने वास्ते। काजवे किनू कहने आ कि जेड़ा पानी चलता पिया, पानी इसे तरह चलता रहेगा, उहदे थले सीमेंटड सड़क बना दो उन्ना पोर्शन, और वह काजवे सगों ज्यादा स्लिपरी हो जाता जी, उहदे नाल एक्सीडेंट्स होने का ज्यादा खतरा रहिंदा, और जदों भी उत्थों लंघना लोगों ने पानी के विच भी लंघना पेगा, उहनू असीं काजवे कहने आ। वेयर इट इज एज इट इज, जिथे जिस लैवल उत्ते है उस लैवल उत्ते ही उन्हें पक्की सड़क नूं कर दिओ ते बना सीमेंट दी दिओ तां जे पानी दा असर ना होवे। 10 लाख रुपया मंजूर कराता, अद्धे पिंड ने आना कि असीं काजवे बनन नहीं देना, अद्धे पिंड ने कहना जी 10 लाख रुपया आया तां तुसीं काजवे बनवाओ।
ਮੈਂ ਸਹੀ ਮਾਰੇ ਪੁੱਛਿਆ, ਮੈਂ ਕਿਹਾ ਯਾਰ ਗੱਲ ਕੀ ਹੈ ਵੀ ਜਦੋਂ 10 ਲੱਖ ਰੁਪਇਆ ਵੀ ਪਿਆ ਤੇ ਪਿੰਡ ਵਾਲੇ ਬਣਨ ਕਿਉਂ ਨੀ ਦਿੰਦੇ? ਸਾਡੇ ਬੰਦੇ ਸੀ ਇਹ ਕਹਿਣ ਵੀ ਅਸੀਂ ਬਣਨ ਨਹੀਂ ਦੇਣਾ। ਮੈਂ ਕਿਹਾ ਗੱਲ ਕੀ ਹੈ ਬਿਜਲੀ? ਬਿਜਲੀ ਗੱਲ ਇਹ ਨਿਕਲੀ ਵੀ ਉਹਨਾਂ ਨੇ ਸ਼ਰਾਰਤ ਕੀਤੀ, ਉਹ ਪਿੰਡ ਦੀ ਬਿਹਤਰੀ ਨਹੀਂ ਚਾਹੁੰਦੇ ਸੀ, ਪਿੰਡ ਨੂੰ ਡਿਵਾਈਡ ਕਰਨਾ ਚਾਹੁੰਦੇ ਸੀ ਕਿ ਅੱਧੇ ਕਹਿਣ ਬਣਾਉਣਾ ਅੱਧੇ ਕਹਿਣ ਨਹੀਂ ਬਣਾਉਣਾ। ਹੱਲ ਉਹਦਾ ਇਹ ਕਾਜ਼ਵੇ ਹੱਲ ਨਹੀਂ ਹੈ, ਕਾਜ਼ਵੇ ਇੱਥੇ ਨਹੀਂ ਬਣ ਸਕਦਾ 5-7 ਲੱਖ ਰੁਪਏ ਨਾਲ, ਲੇਕਿਨ ਕਾਜ਼ਵੇ ਬਣਾ ਦੇਣਾ ਉਸ ਜਗ੍ਹਾ ਦੇ ਉੱਤੇ। ਕਾਜ਼ਵੇ ਕਾਮਯਾਬ ਹੈਗੇ ਆ, ਪਰ ਕਿੱਥੇ? ਜਿੱਥੇ ਬਰਸਾਤੀ ਪਾਣੀ ਆਉਂਦਾ, 2-4-5 ਦਿਨ ਬਰਸਾਤ ਪੈ, ਪਾਣੀ ਖੱਡ ਤੋਂ ਆਇਆ ਨਿਕਲ ਗਿਆ 15-20 ਮਿੰਟ ਬਾਅਦ ਸੁੱਕਾ ਹੋ ਗਿਆ, ਉੱਥੇ ਕਾਜ਼ਵੇ ਕਾਮਯਾਬ ਨੇ। ਪਰ ਜਿੱਥੇ 12 ਮਹੀਨੇ ਪਾਣੀ ਚੱਲਣਾ ਉੱਥੇ ਕਾਜ਼ਵੇ ਦਾ ਕੀ ਕੰਮ? ਉੱਥੇ ਤਾਂ ਜਦੋਂ ਬਣਾਓ ਕੋਲ ਬਣਾਓ ਤਾਂ ਹੀ ਤੁਹਾਨੂੰ ਉਹਦਾ ਸੁੱਖ ਮਿਲ ਸਕਦਾ। ਸੋ ਸਾਨੂੰ ਗੱਲ ਸਮਝ ਆਈ, ਬੜਾ ਇਸ਼ੂ ਬਣਿਆ ਕਿ ਦੇਖੋ ਜੀ ਇਹ ਕਾਜ਼ਵੇ ਨਹੀਂ ਬਣਨ ਦਿੰਦੇ। ਉਹਨਾਂ ਜ਼ਮਾਨਿਆਂ ਦੇ ਵਿੱਚ 95 ਲੱਖ ਦੇ ਕਰੀਬ ਕਰੀਬ ਲਾਗਤ ਆਈ ਸੀ, ਮੈਨੂੰ ਅਜੇ ਤੱਕ ਯਾਦ ਹੈ, ਕਿਉਂਕਿ ਇਹ ਥੋੜ੍ਹਾ ਜਿਹਾ ਹੋਰ ਅੱਗੇ ਚਲੇ ਜਾਓ ਤਾਂ ਪਾਣੀ ਹੋਰ ਵੱਧ ਜਾਂਦਾ, ਜਿਉਂ ਜਿਉਂ ਅਪਰ ਸਟ੍ਰੀਮ ਨੂੰ ਜਾਓਗੇ ਪਾਣੀ ਘੱਟ ਆ, ਜਿਉਂ ਜਿਉਂ ਥੱਲੇ ਜਾਂਦੇ ਜਾਓਗੇ ਪਾਣੀ ਹੋਰ ਵੱਧਦਾ ਜਾਂਦਾ। 95 ਲੱਖ ਰੁਪਈਏ ਨਾਲ ਅਸੀਂ ਉੱਥੇ ਪੁਲ ਮਨਜ਼ੂਰ ਕਰਾਇਆ, ਜਿਹੜਾ ਕਿ ਉਹ ਬਾਲਾ ਪਿੰਡੀ ਤੋਂ ਰੋਡ ਆਈ ਹੈ ਅਤੇ ਉਹਦੇ ਬਾਅਦ ਪੁਲ ਬਣਿਆ। ਉੱਥੇ ਪਲੇਟ ਲਾਈ, ਪੱਥਰ ਲੱਗਾ, ਅਰੁਣਾ ਦਾ ਨਾਂ ਸੀ। 2007 ਦੇ ਵਿੱਚ ਅਸੀਂ ਰਹਿ ਗਏ, ਜਿੱਥੇ ਜਿੱਥੇ ਅਰੁਣਾ ਚੌਧਰੀ ਦੇ ਪੱਥਰ ਲੱਗੇ ਰਹੀ, ਇਹਨਾਂ ਨੇ ਕੁਛ ਨਹੀਂ, ਕੋਈ ਨਵਾਂ ਪੱਥਰ ਨਹੀਂ ਲਾਇਆ, ਕੋਈ ਨਵਾਂ ਪੁਲ ਨਹੀਂ ਬਣਾਇਆ, ਕੋਈ ਨਵੀਂ ਸੜਕ ਨਹੀਂ ਬਣਾਈ, ਸਿਰਫ ਇੱਕੋ ਕੰਮ ਕੀਤਾ ਕਿ ਜਿੱਥੇ ਜਿੱਥੇ ਅਰੁਣਾ ਚੌਧਰੀ ਦਾ ਨਾਂ ਸੀ ਉਹ ਪੱਥਰ ਤੋੜੋ। ਇਹਨਾਂ ਸਿਰਫ ਤੇ ਸਿਰਫ ਪੱਥਰ ਤੋੜੇ, ਕੀਤਾ ਡੱਕਾ ਨਹੀਂ ਤੋੜਿਆ। ਉਹ ਪੁਲ ਦਾ ਦੇਖੋ ਕਿੰਨਾ ਸੁੱਖ ਹੈ, ਅੱਜ ਫਸਟ ਕਲਾਸ ਸੜਕ ਬਣੀ ਦੀ ਹੈ। ਸਿੱਧੇ ਤੁਸੀਂ ਕਿੱਥੋਂ ਮਰਾੜੇ ਵਾਲੇ ਵਾਇਆ ਬਾਹਮਣੀ ਜਾਂਦੇ ਸੀ, ਹੁਣ ਮਰਾੜੇ ਵਾਲੇ ਸਿੱਧੇ ਦੀਨਾਨਗਰ ਨੂੰ ਜਾਣਾ ਤੇ ਸ਼ਾਰਟਕੱਟ ਚਲੇ ਜਾਂਦੇ 20 ਮਿੰਟਾਂ ਵਿੱਚ, ਕਿਉਂਕਿ ਇਹਦਾ ਪੈਰਾਂ ਫਿਰਿਆ ਤਾਂ ਜਦੋਂ ਮੈਂ ਆਉਂਦਾ ਇਹਨੇ ਆਉਣਾ ਹੀ ਹੁੰਦਾ, ਇਹਨੇ ਮਿੰਟ ਵੀ ਗਿਣ ਛੱਡੇ ਦੇ ਆ। ਸੋ ਜਦੋਂ ਤੁਹਾਡੇ ਪਿੰਡ ਆਉਣਾ ਪਿਆ ਕਸ਼ਮੀਰ ਸਿੰਘ, ਸਾਰਿਆਂ ਨੇ ਉਹਨੇ ਅਗਲੀ ਸੀਟ ਤੇ ਬੈਠੇ ਹੋਣਾ, ਮੈਨੂੰ ਪਤਾ ਇਹਨੇ ਰੌਲਾ ਪਾਉਣਾ ਪੁਲ ਬਣਾਉਣ। ਅੱਛਾ ਬਣਾ ਲਿਆ ਦਾ ਘਰ ਨੇ ਉਹ ਖੁੱਡ ਚ ਜਾ ਕੇ, ਉਹ ਕਹਿੰਦਾ ਮਿਹਰਬਾਨੀ ਬਣਾ ਲਿਆ ਬਲੌਰ ਵਾਲੇ ਪਾਸੇ। ਹੁਣ ਬਲੌਰ ਜਿਹੜਾ ਉਹ ਪਠਾਨਕੋਟ ਜ਼ਿਲ੍ਹੇ ਚ ਹੈ, ਸਾਡੇ ਹਲਕੇ ਚ ਨਹੀਂ ਹੈਗਾ, ਰੌਲਾ ਪਾਇਆ ਕਰੇ ਬਣਾਓ ਬਣਾਓ ਬਣਾਓ। ਪਰ ਚਲੋ ਪਰਮਾਤਮਾ ਨੇ ਮਿਹਰ ਕੀਤੀ, ਅਰੁਣਾ ਚੌਧਰੀ ਮੰਤਰੀ ਬਣ ਗਈ, ਤੁਸੀਂ 3 ਵਾਰੀ ਜਿਤਾਇਆ, ਤੁਹਾਡਾ ਅਹਿਸਾਨ ਹੈ ਸਾਡੇ ਤੇ। ਤੁਸੀਂ ਜਿਸ ਤਰ੍ਹਾਂ ਅਮਰ ਸਿੰਘ ਜੀ ਕਹਿੰਦੇ ਪਹਿਲਾਂ ਤੁਹਾਡਾ ਯਾਦ ਰੱਖਾਂਗੇ ਪੁਲ, ਵੀ ਸਾਡੇ ਤੇ ਅਹਿਸਾਨ ਕੀਤਾ, ਅਹਿਸਾਨ ਅਸੀਂ ਕੋਈ ਨਹੀਂ ਕੀਤਾ, ਅਸੀਂ ਤੇ ਜੋ ਤੁਸੀਂ ਸਾਡੇ ਤੇ ਅਹਿਸਾਨ ਕੀਤੇ ਆ 3 ਵਾਰੀ ਜਿਤਾ ਕੇ, ਹੁਣ 4th ਵਾਰੀ ਫਿਰ ਜਿਤਾਉਣਾ, ਅਸੀਂ ਤੇ ਥੋੜ੍ਹਾ ਥੋੜ੍ਹਾ ਅਹਿਸਾਨ ਲਾਉਣ ਵਾਲੇ ਪਾਸੇ ਤੁਰਦੇ ਹਾਂ ਵੀ ਜੇ ਭਾਰ ਸਾਡੇ ਤੋਂ ਥੋੜ੍ਹਾ ਥੋੜ੍ਹਾ ਘਟਦਾ ਜਾਵੇ। ਅਸੀਂ ਤੁਹਾਡੇ ਤੇ ਅਹਿਸਾਨ ਕੋਈ ਨਹੀਂ ਕੀਤਾ, ਅਸੀਂ ਆਪਣਾ ਜਿਹੜਾ ਭਾਰ ਸਾਡੇ ਸਿਰ ਤੇ ਭਾਰ ਹੈ ਉਹਨੂੰ ਥੋੜ੍ਹਾ ਜਿਹਾ ਘੱਟ ਕੀਤਾ। ਲਿੰਕ ਬਣ ਜਾਏਗਾ ਪਿੰਡਾਂ ਦੇ ਵਿੱਚ, ਜਿਹੜਾ ਕਿ ਸਿੱਧਾ ਮੋੜ ਕੇ ਲੋਕਾਂ ਨੂੰ ਲੰਬਾ ਸਫ਼ਰ ਕਰਨਾ ਪੈਂਦਾ ਸੀ। ਸੋ ਇਸ ਕਰਕੇ ਇਹ ਪੁਲਾਂ ਦੀ ਬਹੁਤ ਦੇਰ ਤੋਂ ਜ਼ਰੂਰਤ ਸੀ, ਔਰ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਜਿਹੜਾ ਪ੍ਰੋਜੈਕਟ ਸਾਡਾ ਸੀ ਇਹ ਕੰਪਲੀਟ ਹੋ ਗਿਆ। ਮੈਨੂੰ ਲੱਗਦਾ ਕਿ ਮੈਂ ਅਣਗਿਣਤ ਪੁਲ ਜਿਹੜੇ ਨੇ ਆਪਣੇ ਇਲਾਕੇ ਵਿੱਚ ਬਣ ਚੁੱਕੇ ਨੇ, ਔਰ ਮੈਨੂੰ ਐਗਜੈਕਟ ਫਿਗਰ ਤਾਂ ਮੈਂ ਇਲੈਕਸ਼ਨਾਂ ਦੇ ਵਿੱਚ ਇਕੱਠੀ ਕਰਾਂਗੀ ਕਿ ਕਿੰਨੇ ਪੁਲ ਜਿਹੜੇ ਨੇ ਅਸੀਂ ਬਣਾ ਚੁੱਕੇ ਹਾਂ। ਸਿਰਫ ਅਤੇ ਸਿਰਫ ਸਾਡਾ ਇਹ ਹੈ ਕਿ ਇਲਾਕੇ ਦਾ ਵਿਕਾਸ ਹੋਵੇ, ਲੋਕਾਂ ਦੀ ਮੁਸ਼ਕਲਾਂ ਨੂੰ ਹੱਲ ਕਰੀਏ, ਔਰ ਜਿਹੜਾ ਲੋਕਾਂ ਨੂੰ ਜਾਣ 'ਚ ਔਰ ਸਫ਼ਰ ਕਰਨ 'ਚ ਆਸਾਨੀ ਹੋਵੇ, ਔਰ ਉਹਨਾਂ ਦੀ ਇਹ ਸਹੂਲਤ ਜਿਹੜੀ ਹੈ ਇਹਦੇ ਨਾਲ ਜਿਹੜੀਆਂ ਸੜਕਾਂ ਦੇ ਨਾਲ ਲੱਗਦੀਆਂ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੀ ਵੀ ਜਿਹੜੀ ਹੈ ਵੈਲਿਊ ਵੱਧ ਜਾਂਦੀ ਹੈ, ਕਿਉਂਕਿ ਕਿਸੇ ਵੀ ਹਲਕੇ ਦਾ ਵਿਕਾਸ, ਕਿਸੇ ਵੀ ਪਿੰਡ ਦਾ, ਕਿਸੇ ਵੀ ਇਲਾਕੇ ਦਾ ਵਿਕਾਸ ਉੱਥੋਂ ਦੀ ਸੜਕਾਂ ਦੇ ਉੱਤੇ ਬਹੁਤ ਡਿਪੈਂਡ ਕਰਦਾ ਹੈ। ਅਗਰ ਉੱਥੋਂ ਦੀ ਅੱਛੀ ਅਪਰੋਚ ਹੈ, ਅੱਛਾ ਉੱਥੇ ਕੋਈ ਪੁਲ ਹੈ ਜਾਂ ਸੜਕ ਹੈ, ਅਤੇ ਉਸ ਏਰੀਏ ਦਾ ਜਿਹੜੀ ਹੈ ਵੈਲਿਊ ਜਿਹੜੀ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਹਰ ਇਨਸਾਨ ਨੂੰ ਇੱਥੋਂ ਦੇ ਆਉਣ ਜਾਣ ਵਾਲੇ
दीनानगर निवासियों ये इन पुलों के नाल बहुत ज़्यादा सहूलत होएगी। सो अज के दिन असी नींह पत्थर रखिया और 6 महीने के जड़ा पुल है बन के तैयार हो जाएगा, पैसे इन्हों आ चुके हैं। कितनी लागत है मैडम दोनों पुलों की? एक पुल जरा दोनों पुलों की लागत जी 2 करोड़ के नाल दोनों पुल बन जाएंगे। किन्ने पिंड फायदा होगा जी पुल? ये मैं लगता है कि 40-50 पिंड फायदा हो जाएगा जी। न्यूज़ डेस्क तो डॉक्टर मेसरंगल की खास रिपोर्ट।